आप मास उठा जी। हाँ भाई। किन्ने नग लगे हो? अभी लगे 10 नग भाई। 10 नग ठीक है जी। ਤੁਸੀਂ ਬਾਈ ਕਿੰਨੇ ਲੈ ਕੇ ਆਏ ਹੋ? ਤਿੰਨ ਨਾਲ ਲੈ ਕੇ ਆਏ। ਕਿੱਥੋਂ ਆਏ ਹੋ? ਮਾਨਸਾ ਤੋਂ। ਮਾਨਸਾ ਤੋਂ ਬੋਕ ਦੇ ਪਾਓ ਹੋ ਬੱਕਰੇ ਦੇ ਪੂਰੇ ਆ ਬੜੀ ਆ। ਹਾਂਜੀ ਬਾਈ ਜੀ, ਕੀ ਹਾਲ ਨੇ? ਕਿੱਥੋਂ ਪਹੁੰਚੇ ਹੋ? ਕਿੰਨੇ ਨਗ ਲੈ ਕੇ ਆਏ ਹੋ? 9 ਨਗ ਲੈ ਕੇ ਆਏ। 9 ਨਗ ਆ ਛੋਟੀ ਸਾਰੇ? ਹਾਂ ਠੀਕ ਹੈ। ਦੇਖੋ ਬਾਈ ਜੀ, ਦਲੀਆਂ ਤੋਂ ਨੇ ਬੱਕਰੀਆਂ ਬੱਚੇ ਲੈ ਕੇ ਪਹੁੰਚੇ ਨੇ। ਲਾਸਟ ਮੈਂ ਲੈ ਤਾਂ ਜੱਤਾਂ। ਹਾਂਜੀ ਸਰ, ਕਿੱਥੋਂ ਆਏ ਤੁਸੀਂ? ਬਲਾਡੇ ਤੋਂ। ਬਲਾਡੇ ਤੋਂ ਜੀ। ਬਲਾਡੇ ਤੋਂ ਆਏ? ਹਾਂਜੀ। ਕਿੰਨੇ ਨਗ ਲੈ ਕੇ ਆਏ ਹੋ? ਬੱਕਰੀਆਂ 7 ਲਿਆਏ ਜੀ। 7 ਲੈ ਕੋਈ ਵੇਚਿਆ? ਹਾਂ, ਇੱਕ ਵਿਕਿਆ ਜੀ। ਅੱਛਾ ਜੀ, ਕਿਹਨੇ ਲੜਿਆ? ਉਹ ਡਾਕਟਰ ਸਾਹਿਬ ਨੇ ਲਿਆ ਜੀ। ਠੀਕ ਹੈ ਜੀ, ਠੀਕ ਹੈ। ਵਧੀਆ ਵਿਕਿਆ, ਵਧੀਆ ਵਿਕਿਆ, ਵਧੀਆ ਵਿਕਿਆ ਜੀ। ਚਲੋ ਠੀਕ ਹੈ। ਹਾਂ ਸਰ, ਖੁਸ਼ ਹੋਗੇ? ਬਿਲਕੁਲ ਖੁਸ਼ ਹੈ, ਬਿਲਕੁਲ ਸਰ। ਠੀਕ ਹੈ, ਹੋਰ ਵੀ ਵਿਕਾਓ ਸਰ। ਠੀਕ ਹੈ, ਹੇਮਣਾ ਹੈ? ਆਏਗਾ ਜੀ। ਠੀਕ ਹੈ, ਠੀਕ ਹੈ, ਠੀਕ ਹੈ, ਠੀਕ। ਕਿੱਥੋਂ ਆਏ ਤੁਸੀਂ? ਬਲਾਡੇ ਤੋਂ। ਬਲਾਡੇ ਤੋਂ ਆ ਦੇਖੋ, ਬਹੁਤ ਅੱਛਾ ਮਾਲ ਪਹੁੰਚਿਆ ਹੋਇਆ ਅੱਜ ਬੱਕਰਾ ਮੰਡੀ 'ਤੇ। 19 ਮਾਰਚ 2023 ਦਿਨ ਐਤਵਾਰ ਨੂੰ ਬਹੁਤ ਵਧੀਆ ਕੁਆਲਿਟੀ ਦੇ ਬੱਕਰੀਆਂ ਪਹੁੰਚੇ ਹੋਏ ਨੇ। ਤੁਸੀਂ ਦੇਖ ਸਕਦੇ ਹੋ ਮਾਨਸਾ ਬੱਕਰਾ ਮੰਡੀ ਦੇ ਬੱਕਰੇ, ਦੇਖੋ ਕਿੰਨੇ ਸ਼ਾਨਦਾਰ ਪਹੁੰਚੇ ਹੋਏ ਨੇਗੇ ਅੱਜ ਐਤਵਾਰ। ਦੇਖ ਸਕਦੇ ਹੋ ਕਾਫੀ ਵੱਡੀ ਤਾਦਾਦ ਦੇ ਵਿੱਚ ਬੱਚੇ ਜਿਹੜੇ ਉਹ ਲੈ ਕੇ ਪਹੁੰਚੇ ਹੋਏ ਨੇ। ਅਤੇ ਦਰਬੀਰ ਨੇਗੇ ਆਨੰਦ ਮਾਣ ਰਹੇ ਨੇ, ਬੈਠੇ ਨੇ ਠੰਡ ਦਾ ਸ਼ਾਮ ਥੱਲੇ। ਇੱਧਰ ਬੱਕਰੀ ਆ, ਗੱਭਣ ਬੱਕਰੀ ਆ, ਤੁਸੀਂ ਦੇਖ ਸਕਦੇ ਹੋ ਬਰੀਡਰ। ਹਾਂ ਵੀ ਇਹ ਤੇਰੇ ਹੈਗੇ ਬੱਕਰੇ? ਅੱਛਾ ਅੱਛਾ, ਅੱਜ ਹਰੇਕ ਐਤਵਾਰ ਮੰਡੀ ਲੱਗਦੀ ਆ? ਠੀਕ ਆ, ਵਧੀਆ ਮਾਲ ਵਿਕਦਾ? ਠੀਕ ਆ, ਠੀਕ ਆ। ਦੇਖੋ ਬੱਚਾ ਪਹੁੰਚਿਆ ਹੋਇਆ ਛੋਟਾ ਜਿਹਾ, ਅਤੇ ਆ ਦੇਖੋ ਬੱਕਰੇ ਕਹਿ ਰਹੇ ਬੱਚੇ ਨੇਗੇ, ਕਾਫੀ ਕਿਸੇ ਨੇ ਵੀਰ ਨੇ ਲੈਣੇ ਹੋਣ, ਪੱਠਾਂ ਕਹਿ ਰਹੀਆਂ। ਆ ਦੇਖ ਸਕਦੇ ਹੋ ਤੁਸੀਂ ਮਾਨਸਾ ਬੱਕਰਾ ਮੰਡੀ ਦੇ ਉੱਪਰ ਜਿਹੜੇ ਜਾਨਵਰ ਨੇ, ਬੱਚੇ ਨੇਗੇ, ਮੇਲ ਫੀਮੇਲ ਪਹੁੰਚੇ ਹੋਏ ਨੇਗੇ। ਸੋ ਤੁਸੀਂ ਇੱਥੋਂ ਲੈ ਸਕਦੇ ਹੋ ਮਾਲ ਵੱਡੀ ਤਾਦਾਦ ਦੇ ਵਿੱਚ, ਹਰੇਕ ਐਤਵਾਰ ਤੁਸੀਂ ਆ ਸਕਦੇ ਹੋ। ਅਤੇ ਦੇਖ ਰਹੇ ਹੋਗੇ ਪਿੰਡ ਬੁਰਜਰੀ ਜ਼ਿਲ੍ਹਾ ਮਾਨਸਾ, ਮੇਰੇ ਵੀਰ ਪਹੁੰਚੇ ਹੋਏ ਇੱਧਰ ਟਰੈਕਟਰ 'ਤੇ, ਦੇਖ ਰਹੇ ਹੋ। ਹਾਂ ਬਾਈ ਜੀ, ਕਿੱਥੋਂ ਪਹੁੰਚੇ ਆਪਾਂ? ਠੂਠਿਆਂ ਵਾਲੀ 'ਤੇ ਪਹੁੰਚੇ? ਕਹਿਣ ਨਗ ਲੈ ਕੇ ਆਏ ਹੋ? ਅੱਛਾ ਜੀ, ਆਹ ਠੂਠਿਆਂ 'ਚੋਂ ਬਾਈ ਜੀ ਪਹੁੰਚੇ ਹੋਏ ਨੇਗੇ, ਦੇਖ ਲਓ ਬੱਕਰੇ ਬੱਕਰੀਆਂ ਲੈ ਕੇ। ਸੋ ਬਹੁਤ ਅੱਛੀ ਕੁਆਲਿਟੀ ਦੇ ਜਾਨਵਰ ਨੇਗੇ, ਦੇਖ ਰਹੇ ਹੋ ਤੁਸੀਂ, ਟਰੈਕਟਰ 'ਤੇ ਲੈ ਕੇ ਪਹੁੰਚੇ ਹੋਏ ਨੇ। ਇੱਦਾਂ ਦੇਖੋ ਅੱਜ ਦਿਨ ਐਤਵਾਰ, ਪਿੰਡ ਬੁਰਜਰੀ ਨੇ। ਇੱਧਰ ਬਾਈ ਖੱਸੀ ਬੱਕਰੇ ਲੈ ਕੇ ਪਹੁੰਚਿਆ ਹੋਇਆ, ਇਹਨਾਂ ਨੂੰ ਪੁੱਛਦੇ ਹਾਂ ਆਪਾਂ ਕਿੱਥੋਂ ਆਏ ਹੋਏ ਨੇਗੇ। ਹਾਂ ਬਾਈ, ਕਿੱਥੋਂ ਆਏ ਹੋਏ ਆਪਾਂ? ਬੁਰਜਰੀ ਤੋਂ। ਇਹ ਤਿੰਨੇ ਖੱਸੀ ਬੱਕਰੇ ਹੈਗੇ? ਅੱਛਾ, ਕੀ ਰੇਟ ਮੁੱਲ ਕਰਦੇ ਉਹਨਾਂ ਦਾ? 55,000 ਰੁਪਇਆ ਮੁੱਲ ਕਰ ਰਹੇ ਨੇ। ਦੇਖੋ ਬਹੁਤ ਵਧੀਆ ਅੱਛੀ ਕੁਆਲਿਟੀ ਦੇ ਬੱਕਰੇ ਨੇ ਤਿੰਨੇ ਖੱਸੀ, ਅਤੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋਗੇ। ਸਕਰੀਨ ਦੇ ਉੱਪਰ ਜਿਹੜਾ ਨੰਬਰ ਚੱਲ ਰਿਹਾ ਹੈ, ਪਿੰਡ ਬੁਰਜਹਰੀ ਜ਼ਿਲ੍ਹਾ ਮਾਨਸਾ, ਹਰ ਐਤਵਾਰ ਨੂੰ ਬੱਕਰਾ ਮੰਡੀ ਲੱਗਦੀ ਆ। ਤਿੰਨੇ ਖੱਸੀ ਬੱਕਰੇ ਬਹੁਤ ਹੀ ਅੱਛੀ ਕੁਆਲਿਟੀ ਦੇ ਨੇਗੇ, ਤੁਹਾਨੂੰ ਸਕਰੀਨ ਦੇ ਵਿੱਚ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ। ਅਤੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰਕੇ ਤਿੰਨੇ ਖੱਸੀ ਬੱਕਰੇ ਜਿਹੜੇ ਇਹ ਲੈ ਸਕਦੇ ਹੋ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਮਾਲ ਹੈਗਾ ਉਹ ਪਹੁੰਚਿਆ ਹੋਇਆ ਹੈਗਾ, ਅਤੇ ਹਰੇਕ ਐਤਵਾਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ। ਅਤੇ ਬਣੇ ਰਹੋ ਵੀਡੀਓ ਦੇ ਵਿੱਚ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਦਿਆਂ ਰਹਿਣਾ, ਤਾਂ ਕਿ ਤੁਹਾਨੂੰ ਜਿਹੜੀ ਵੀਡੀਓ ਇੱਧਰ ਆਪਣਾ ਪਰਮਜੀਤ ਵੀ ਪਹੁੰਚ ਚੁੱਕਾ ਹੈਗਾ। ਅਤੇ ਹਾਂਜੀ ਪਰਮਜੀਤ ਜੀ, ਅੱਜ ਫਿਰ ਦੁਬਾਰਾ ਪਹੁੰਚ ਚੁੱਕੇ ਹੋ ਮੰਡੀ 'ਤੇ? ਹਾਂਜੀ ਪਹੁੰਚ ਚੁੱਕੇ ਜੀ। ਅਤੇ ਮਾਲ ਕਿਵੇਂ ਪਹੁੰਚਿਆ ਹੋਇਆ ਅੱਜ? ਵਧੀਆ ਪਹੁੰਚਿਆ ਹੋਇਆ। ਅੱਛਾ ਅੱਛਾ, ਅਤੇ ਸੌਦੇ ਕਾਫੀ ਹੋ ਗਏ? ਵੱਧ ਤੋਂ ਵੱਧ ਪਹੁੰਚਿਆ ਮੈਂ ਤਾਂ ਇਹ ਸੰਗ। ਅਤੇ ਸੌਦੇ ਕਿੰਨੇ ਹੋ ਗਏ ਅੱਜ? ਸੌਦੇ ਹੋ ਗਏ ਹੋਣਗੇ 10-12 ਹੋ ਗਏ ਜੀ ਨਾ, ਸਟਾਰਟਿੰਗ ਹਜੇ 10 ਵਜੇ ਦਾ ਟਾਈਮ ਹੈਗਾ। ਅਤੇ ਕਾਫੀ ਜਿਹੜਾ ਮਾਲ ਹੈਗਾ ਵੱਡੀ ਗਿਣਤੀ ਵਿੱਚ ਪਹੁੰਚਿਆ ਹੋਇਆ, ਅਤੇ ਅੱਗੇ ਤੁਹਾਨੂੰ ਨਾਲ ਦੀ ਨਾਲ ਅਸੀਂ ਜਿਹੜੀ ਵੀਡੀਓ ਵੀ ਦਿਖਾਉਂਦੇ ਰਹਾਂਗੇ। ਇੱਧਰ ਦੇਖ ਸਕਦੇ ਤੁਸੀਂ ਕਾਫੀ ਵੱਡੀ ਗਿਣਤੀ ਵਿੱਚ ਜਿਹੜਾ ਮਾਲ ਹੈਗਾ ਉਹ ਪਹੁੰਚਿਆ ਹੋਇਆ ਹੈਗਾ।
ਬਾਈ ਜੀ ਪਹੁੰਚੇ ਹੋਏ ਇੱਧਰ ਨੰਬਰ ਲੈ ਕੇ ਗੁਬਾਰੇ ਦਾ ਨੀਰਾ ਗਾ ਤੁਸੀਂ ਉਹ ਵੀ ਇਸ ਮੰਡੀ ਤੋਂ ਲੈ ਸਕਦੇ ਹੋ। ਮੁਰਗੇ ਦੇਖੋ ਤੁਹਾਡੇ ਸਾਹਮਣੇ ਜਿਹੜੇ ਉਹ ਵੀ ਮੇਰੇ ਵੀਰ ਲੈ ਕੇ ਪਹੁੰਚੇ ਹੋਏ ਨੇਗੇ ਔਰ ਹਾਰ ਸ਼ਿੰਗਾਰ ਵਾਲਾ ਸਮਾਨ ਹੈਗਾ ਉਹ ਵੀ ਤੁਸੀਂ ਲੈ ਸਕਦੇ ਹੋ ਅਤੇ ਹਾਂ ਭਾਅ ਜੀ ਹਾਰ ਸ਼ਿੰਗਾਰ ਸਮਾਨ ਤੂੰ ਲੈ ਕੇ ਆਇਆ ਹਾਂਜੀ ਅੱਛਾ ਕੀ ਰੇਟ ਆ ਇਹਦਾ 50 ਰੁਪਏ ਦੇ ਅੱਛਾ ਹਰ ਤਰ੍ਹਾਂ ਜਿਹੜਾ ਬੱਕਰੀਆਂ ਸੰਬੰਧੀ ਸਮਾਨ ਹੈਗਾ ਉਹ ਤੂੰ ਲੈ ਕੇ ਪਹੁੰਚਿਆ ਹੋਇਆ ਇੱਥੇ ਹਰੇਕ ਐਤਵਾਰ ਆਉਣਾ ਗਾ ਹਾਂਜੀ ਹਰੇਕ ਐਤਵਾਰ ਠੀਕ ਆ ਜੇ ਤੂੰ ਸਮਾਨ ਲੈਣਾ ਹੋਵੇ ਕਿਸੇ ਨੇ ਤਾਂ ਲੈ ਸਕਦੇ ਤੂੰ ਆ ਕੇ ਹਾਂਜੀ ਤੁਸੀਂ ਇਸ ਬੱਚੀ ਤੋਂ ਆ ਕੇ ਜਿਹੜਾ ਹਾਰ ਸ਼ਿੰਗਾਰ ਦਾ ਸਮਾਨ ਆ ਤੁਸੀਂ ਦੇਖ ਰਹੇ ਹੋ ਇਸ ਬੱਕਰਾ ਮੰਡੀ ਤੋਂ ਲੈ ਸਕਦੇ ਹੋਗੇ ਹਰੇਕ ਐਤਵਾਰ ਅਤੇ ਕਾਫੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਾਲ ਜਿਹੜਾ ਉਹ ਪਹੁੰਚਿਆ ਹੋਇਆ ਗਾ ਬੱਕਰਾ ਮੰਡੀ ਬੁਰਜਹਰੀ ਤੁਸੀਂ ਦੇਖ ਰਹੇ ਹੋ ਕਾਫੀ ਅੱਛੀ ਗਿਣਤੀ ਜਾਨਵਰ ਆ ਜਿਹੜੇ ਉਹ ਦਿਖ ਰਹੇ ਨੇ ਮਾਨਕੋਟ ਫਾਰਮ ਦੇ ਸੋ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਅਤੇ ਮਾਲ ਖਰੀਦ ਸਕਦੇ ਹੋ ਅਤੇ ਮੁਰਗੇ ਇੱਧਰ ਚੱਲ ਰਿਹਾ ਹੈ ਲੰਗਰ ਦਾ ਪ੍ਰਬੰਧ ਲੰਗਰ ਟੀਮ ਬੈਠੀ ਹੈ ਇੱਧਰ ਬੁਰਜਰੀ ਕਮੇਟੀ ਦੀ ਅਤੇ ਦੇਖ ਰਹੇ ਹੋ ਖਾਣਾ ਬਿਲਕੁਲ ਤਿਆਰ ਹੈਗਾ ਲੰਗਰ ਦੇ ਲਈ ਬਣ ਰਿਹਾ ਹੈਗਾ ਸੋ ਤੁਸੀਂ ਹਰ ਐਤਵਾਰ ਪਿੰਡ ਬੁਰਜਹਰੀ ਵਿਖੇ ਪਹੁੰਚ ਸਕਦੇ ਹੋ ਇੱਧਰ ਕਮੇਟੀ ਜਿਹੜੀ ਬੁਰਜਹਰੀ ਦੀ ਉਹ ਖਾਣਾ ਤਿਆਰ ਕਰ ਰਹੀ ਆ ਬੱਕਰੀ ਪਾਲਕ ਵੀਰਾਂ ਦੇ ਲਈ ਸੋ ਤੁਸੀਂ ਹਰੇਕ ਐਤਵਾਰ ਨੂੰ ਪਹੁੰਚ ਸਕਦੇ ਹੋ ਮਾਲ ਖਰੀਦਣ ਦੇ ਲਈ ਅਤੇ ਬਹੁਤ ਵਧੀਆ ਪ੍ਰਬੰਧ ਨੇਗੇ ਅਤੇ ਇੱਧਰ ਤੁਹਾਡੇ ਲਈ ਬਾਥਰੂਮ ਬਣੇ ਹੋਏ ਨੇਗੇ ਜਿਹੜੇ ਕਿ ਬੱਕਰੀ ਪਾਲਕ ਵੀਰਾਂ ਦੇ ਬਾਹਰਲੇ ਵਪਾਰੀਆਂ ਦੇ ਲਈ ਬਣਾਏ ਹੋਏ ਨੇਗੇ ਸੋ ਇਸ ਤਰ੍ਹਾਂ ਤੁਸੀਂ ਰਾਬਤਾ ਕਾਇਮ ਕਰਦੇ ਰਹੋ ਅਤੇ ਲੰਗਰ ਦਾ ਜਿਹੜਾ ਪ੍ਰਬੰਧ ਆ ਬਹੁਤ ਹੀ ਵਧੀਆ ਕੀਤਾ ਹੋਇਆ ਗਾ ਸੋ ਵੱਡੀ ਗਿਣਤੀ ਦੇ ਵਿੱਚ ਜਾਨਵਰ ਬੱਚੇ ਦੇਖੋ ਪਹੁੰਚੇ ਹੋਏ ਨੇ ਅੱਜ 19 ਤਰੀਕ ਦਿਨ ਐਤਵਾਰ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਬੱਕਰੇ ਨੇ ਮੇਰੇ ਵੀਰ ਲੈ ਕੇ ਆਏ ਹੋਏ ਨੇਗੇ ਸੋ ਤੁਸੀਂ ਦੇਖ ਰਹੇ ਹੋ ਕਾਫੀ ਵੱਡੀ ਗਿਣਤੀ ਦੇ ਵਿੱਚ ਮਾਲ ਜਿਹੜਾ ਉਹ ਪਹੁੰਚਿਆ ਹੋਇਆ ਗਾ ਅਤੇ ਦੇਖ ਰਹੇ ਹੋਗੇ ਲੈ ਕੇ ਆਏ ਹੋ ਅੱਜ ਬੱਕਰੀ ਹੈ ਬਹੁਤ ਅੱਛੀ ਕੁਆਲਿਟੀ ਦੀ ਸੋ ਇਸ ਤਰ੍ਹਾਂ ਮਾਲ ਜਿਹੜਾ ਉਹ ਪਹੁੰਚਦਾ ਰਹਿੰਦਾ ਗਾ ਆਹ ਦੇ ਖੱਸੀ ਬੱਕਰੇ ਆ ਗਏ ਆਹ ਵੀ ਖੱਸੀ ਬੱਕਰਾ ਬੈਠਾ ਗਾ ਬਲੈਕ ਦੇ ਵਿੱਚ ਸੋ ਤੁਸੀਂ ਦੇਖ ਰਹੇ ਹੋਗੇ ਬੱਕਰੀਆਂ ਬੱਚੇ ਖੱਸੀ ਮਾਲ ਆਹ ਦੇਖੋ ਕਾਫੀ ਅੱਛੀ ਕੁਆਲਿਟੀ ਜਿਹੜੇ ਬੱਕਰੇ ਨੇ ਪਹੁੰਚੇ ਹੋਏ ਨੇਗੇ ਦੇਖ ਰਹੇ ਹੋਗੇ ਦੇਖੋ ਆਂਡੂ ਬੱਕਰਾ ਕਾਫੀ ਵੱਡੀ ਗਿਣਤੀ ਵਿੱਚ ਬੜੇ ਪਹੁੰਚਿਆ ਹੋਇਆ ਗਾ ਇੱਧਰ ਦੇਖ ਸਕਦੇ ਹੋ ਫੀਮੇਲ ਆ ਬਹੁਤ ਅੱਛੀ ਕੁਆਲਿਟੀ ਦੀ ਰੈੱਡ ਬਲੈਕ ਦੇ ਵਿੱਚ ਅਤੇ ਬਰਬਰਾ ਦੇਖ ਰਹੇ ਹੋ ਤੁਸੀਂ ਬਹੁਤ ਹੀ ਸੁੰਦਰ ਬਰਬਰਾ ਗਾ ਇਸ ਤਰ੍ਹਾਂ ਜਾਨਵਰ ਜਿਹੜੇ ਉਹ ਇਸ ਮੰਡੀ 'ਤੇ ਪਹੁੰਚਦੇ ਰਹਿੰਦੇ ਆ ਬੱਚੇ ਦੇਖ ਰਹੇ ਹੋ ਦੇਸੀ ਕੁਆਲਿਟੀ ਦੇ ਜਾਨਵਰ ਨੇਗੇ ਬੀਟਲ ਦੇ ਵਿੱਚ ਦੇਸੀ ਕੁਆਲਿਟੀ ਦੇ ਇਹ ਵੀ ਇਸ ਮੰਡੀ 'ਤੇ ਪਹੁੰਚੇ ਹੋਏ ਨੇ 19 ਤਰੀਕ ਮਾਰਚ 2023 ਦਿਨ ਐਤਵਾਰ ਤੁਸੀਂ ਆਹ ਦੇਖੋ ਖੱਸੀ ਬੱਕਰਾ ਗਾ ਬਹੁਤ ਹੀ ਅੱਛੀ ਕੁਆਲਿਟੀ ਦਾ ਇਸ ਤਰ੍ਹਾਂ ਤੁਸੀਂ ਜਿਹੜਾ ਮਾਲ ਹੈਗਾ ਉਹ ਖਰੀਦ ਸਕਦੇ ਹੋ ਇੱਧਰ ਮੇਰੇ ਵੀਰ ਆ ਜਿਹੜੇ ਉਹ ਮੁਰਗੇ ਲੈ ਕੇ ਪਹੁੰਚੇ ਹੋਏ ਨੇਗੇ ਪਤਾ ਕਰਦੇ ਹਾਂ ਬਾਈ ਜੀ ਆ ਕਿਹਦੇ ਮੁਰਗੇ ਹੈਗੇ ਆਹ ਮੁਰਗੇ ਕਿਹਦੇ ਆ ਅੱਛਾ ਬਾਈ ਜੀ ਹੈ ਨਹੀਂ ਗੇ ਇੱਥੇ ਬਲਾਈ ਉਹਨੂੰ ਪੁੱਛੀਏ ਅਤੇ ਆਹ ਤੁਹਾਡਾ ਮੁਰਗਾ ਗਾ ਕਿੱਥੋਂ ਪਹੁੰਚੇ ਫਿਰ ਘੁੰਮਣ ਤੋਂ ਕੀ ਮੰਗ ਰਹੇ ਹੋ ਇਹਦਾ 1400 ਰੁਪਈਆ ਦੇਖੋ ਬਾਈ ਜੀ ਕਿਹੜਾ ਮੁਰਗਾ ਇਹ ਤਾਜ਼ ਆ ਬਾਈ ਜੀ ਦੇਖੋ ਸੀਲ ਮੁਰਗਾ ਕਿਸੇ ਨੇ ਵੀ ਲੈਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਹਰੇਕ ਐਤਵਾਰ ਆਹ ਬਾਈ ਜੀ ਅੱਜ ਪਿੰਡ ਬੁਰਜਹਰੀ ਜ਼ਿਲ੍ਹਾ ਮਾਨਸਾ ਵਿਖੇ 1400 ਰੁਪਏ ਰੇਟ ਅਪ ਕਰ ਰਹੇ ਨੇ ਸੋ ਤਾਜ਼ ਆ ਜੀ ਅਤੇ ਉਹ ਬਾਜੀ ਦੱਸਿਆ ਜੀ ਕਦੇ ਆਹ ਦੇਖੋ ਬਹੁਤ ਹੀ ਵਧੀਆ ਕੁਆਲਿਟੀ ਦਾ ਮੁਰਗਾ ਗਾ ਇਹਦਾ ਰੇਟ ਰੂਟ ਦੱਸ ਵੀ ਕੀ ਹੈਗਾ ਕੀ ਮੰਗ ਰਿਹਾ ਹੈ ਜੀ ਦੋਵਾਂ ਦਾ 1000 ਰੁਪਈਆ ਇੱਕ ਦਾ ਬਾਈ ਜੀ ਕਹਿੰਦੇ ਇਹਦਾ 1000 ਰੁਪਈਆ ਮੰਗ ਰਹੇ ਨੇਗੇ ਅੱਜ ਇਹ ਪਿੰਡ ਬੁਰਜਰੀ ਵਿਖੇ ਪਹੁੰਚੇ ਹੈਗੇ ਬੱਕਰਾ ਮੰਡੀ 'ਤੇ ਦੋਵਾਂ 2000 ਰੁਪਈਆ ਮੰਗ ਰਹੇ ਨੇ ਕਿਹੜੀ ਨਸਲ ਆ ਇਹ ਅੱਛਾ ਅੱਛਾ ਇੱਕ ਦੇਸੀ ਆ ਅਤੇ ਇੱਕ ਬੇੜ ਹੈਗਾ ਹਾਂ ਮੁੱਲ ਜ਼ਿਆਦਾ ਬਾਈ ਤੁਸੀਂ ਲਾ ਦਿਓ ਕੁਛ ਲਾਉਣਾ ਹੈ ਜੀ ਉੱਲੇ ਦਾ 250 ਲਾਲ ਦਾ 250 ਰੁਪਇਆ ਲਾਇਆ ਜੀ ਇੱਧਰ ਠੀਕ ਹੈ ਜੀ ਚਲੋ ਕੋਈ ਨਾ ਦੇਖੀ ਜਾਓ ਹਜੇ ਕੋਈ ਸਮਾਂ 10 ਵਜੇ ਆ 11 ਕੁ ਠੀਕ ਹੈ ਸ਼ਾਮ ਤੱਕ ਕੀ ਬਣਦਾ ਦੇਖਦੇ ਹਾਂ ਆਪਾਂ ਠੀਕ ਹੈ ਜੀ ਧੰਨਵਾਦ ਜੀ